ਜਿਹੜੀ ਪਹਿਲਣ ਹੀਫਰ ਆ ਗਈ ਨਾ ਸੈਗ ਦੀ 40-116 ਨੰਬਰ ਆ, ਇਹਨੂੰ ਕੀ ਡਾਈਟ ਪਾ ਰਹੇ ਹਾਂਗੇ ਆਪਾਂ। ਤੁਸੀਂ ਇਹਦੇ ਆਰਡਰ ਦੀ ਸ਼ੇਪ ਦੇਖੋ, ਇਹ ਜਿਹੜੀਆਂ ਪਲਾਂ ਆਉਂਦੀਆਂ ਨੇ ਜਾਂ ਸਵੈਲਿੰਗ ਆਉਂਦੀ ਆ, ਇਹ ਗਲਤ ਡਾਈਟ ਕਰਕੇ ਆਉਂਦੀ ਹੈਗੀ। ਇਹਦੀ ਜੇ ਆਪਾਂ ਡਾਈਟ ਦੀ ਗੱਲ ਕਰੀਏ ਭਰਾ, ਮਤਲਬ ਲੇਵੇ ਇਹਨਾਂ ਨੇ ਪੱਟਣੇ ਸ਼ੁਰੂ ਕਰਤੇ ਆਪਣੇ ਸਾਰੀਆਂ ਹੀਫਰਾਂ ਨੇ। ਤੁਹਾਨੂੰ ਆਪਾਂ ਫਰੰਟ ਤੋਂ ਦਿਖਾਉਂ, ਜਗ੍ਹਾ 'ਚ ਨਾ ਪੂਰਾ ਮੌਸਮ ਐਨ ਜਿਹੜਾ ਠੰਡਾ ਕਰ ਰਿਹਾ। ਫਿਰ ਹੁਣ ਆਪਾਂ ਕਰ ਰਹੇ ਹਾਂਗੇ ਫੀਡਿੰਗ, ਉਹ ਵੀ ਤੁਹਾਨੂੰ ਦਿਖਾਈਏ। 2 ਕਿਲੋ ਤੋਂ ਜ਼ਿਆਦਾ ਹੈਗੀ, ਇਹ ਤੁਹਾਨੂੰ ਕੁਆਲਿਟੀ ਦਿਖਾਈਏ, ਇਹ ਬੈਸਟ ਹੈ ਮੈਨੂੰ ਗੋਲਡ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅਤੇ ਵੀਰੋ, ਅੱਜ ਦਾ ਆਪਾਂ ਕਰਦੇ ਹਾਂ ਵਲੌਗ ਸ਼ੁਰੂ। ਅਤੇ ਭਰਾਵੋ, ਅੱਜ ਆਪਾਂ ਤੁਹਾਨੂੰ ਆਪਣੀ ਜਿਹੜੀ ਪਹਿਲਣ ਹੀਫਰ ਆ ਗਈ ਨਾ ਸੈਗ ਦੀ 40-116 ਨੰਬਰ ਆ, ਉਹ ਕਿੱਦਾਂ ਦੀ ਤਿਆਰ ਹੋ ਰਹੀ ਹੈਗੀ, ਉਹਨੂੰ ਕੀ ਡਾਈਟ ਪਾ ਰਹੇ ਹਾਂਗੇ ਆਪਾਂ, ਅਤੇ ਉਹ ਵੀ ਤੁਹਾਨੂੰ ਆਪਾਂ ਸਾਰਾ ਦੱਸਾਂਗੇ। ਅਤੇ ਨਾਲੇ ਭਰਾਵੋ, ਜਿਹੜੀ ਆਪਣੇ ਫੋਗਰਾਂ ਦੀ ਨਵੀਂ ਫੀਟਿੰਗ ਕੀਤੀ ਹੈਗੀ, ਅਤੇ ਉਹ ਵੀ ਤੁਹਾਨੂੰ ਸਾਰੀ ਦਿਖਾਉਣੇ ਹੈਗੇ। ਬਾਕੀ ਮਿੰਦਰ ਵਗੈਰਾ ਵੀ ਜੋ ਵੀ ਆਪਾਂ ਇੱਦਾਂ ਪਾ ਰਹੇ ਹਾਂਗੇ, ਅਤੇ ਵੀਰ ਪੁੱਛ ਰਹੇ ਸੀਗੇ ਵੀ ਮਿੰਦਰ ਵਗੈਰਾ ਸਾਰਾ ਦਿਖਾਇਓ, ਅਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂ। ਪਹਿਲਾਂ ਵੀਰੋ, ਇਹ ਚੱਲ ਰਹੇ ਨੇ ਫੋਗਰ, ਹੁਣ ਨਿਓਜਲ ਵਾਲੇ, ਤੁਸੀਂ ਦੇਖ ਸਕਦੇ ਹੋਗੇ ਵੀ ਸਾਰੀਆਂ ਗਾਵਾਂ ਨੇ ਜਿਹੜੀਆਂ ਨਵਾਤੀਆਂ, ਅਤੇ ਹੁਣ ਆਪਾਂ ਕੀ ਕਰਾਂਗੇ, ਇਹਨੂੰ ਬੰਦ ਕਰ ਦਾਂਗੇ। ਇੱਥੇ ਗੇਟ ਬਾਲ ਲੱਗਿਆ ਹੋਇਆ ਗਿਆ, ਇਹਨੂੰ ਬੰਦ ਕਰ ਦਾਂਗੇ। ਵੈਸੇ ਟਾਈਮਰ ਕਰਕੇ ਔਫ ਹੋ ਗਏ ਇਹ, ਅਤੇ ਹੁਣ ਜਿਹੜੇ ਉੱਪਰਲੇ ਆਪਣੀਆਂ ਆਹ ਫੋਗਰ ਲੱਗੇ ਹੋਏ ਨੇ, ਇਹ ਚੱਲ ਪੈਣਗੇ। ਅਤੇ ਆ ਜਾਓ, ਆਪਾਂ ਤੁਹਾਨੂੰ ਹੁਣ ਦਿਖਾਈਏ ਆਪਣੀਆਂ ਜਿਹੜੀ ਹੀਫਰ ਆ ਗਈ। ਦੇਖੋ ਭਰਾਵੋ, ਫੋਗ ਹੈ ਚੱਲ ਰਹੀ ਆ ਪੂਰੇ ਪ੍ਰੈਸ਼ਰ ਨਾਲ ਫੋਗਰ। ਅਤੇ ਆ ਜਾਓ ਵੀਰੋ, ਆਪਾਂ ਤੁਹਾਨੂੰ ਦਿਖਾਈਏ ਆਪਣੀ ਸੈਗ ਦੀ 40-116 ਨੰਬਰ, ਜਿਹੜੀ ਆਪਣੀ ਪਹਿਲਣ ਵੱਛੀ ਹੈਗੀ। ਅਤੇ ਪਹਿਲਾਂ ਆਪਾਂ ਤੁਹਾਨੂੰ ਇਹ ਦਿਖਾਈਏ ਵੀ ਕਿਸ ਤਰ੍ਹਾਂ ਦੀ ਤਿਆਰ ਹੋਈ ਹੈਗੀ, ਫਿਰ ਆਪਾਂ ਨਾਲ ਨਾਲ ਤੁਹਾਨੂੰ ਡਾਈਟ ਵੀ ਦੱਸਾਂਗੇ ਇਹਦੇ। ਅਤੇ ਵੀਰੋ, ਅਗਲੀ ਜਿਹੜੀ ਹੁਣ ਗਰਮੀ ਲੰਘਣ ਤੋਂ ਬਾਅਦ ਨਾ ਆਪਾਂ ਸਿਮਣ ਲਵਾਂਗੇ, ਅਤੇ ਆਪਾਂ ਥੋੜ੍ਹੇ ਜਿਹੇ ਸੈਗ ਦੇ ਸਿਮਣ ਵੀ ਲਵਾਂਗੇ, ਰਿਜ਼ਲਟ ਚੰਗਾ ਗਾ। ਅਤੇ ਬਾਕੀ ਆਪਾਂ ਜਦੋਂ ਹੁਣ ਇਹ ਮਿਲਕ 'ਤੇ ਆ ਗਈ, ਆਪਾਂ ਨੂੰ ਪਤਾ ਲੱਗ ਜੂਗਾ ਵੀ ਗਰਮੀ ਆ ਗਈ। ਸਰਦੀ ਦੇ ਹਿਸਾਬ ਦੇ ਨਾਲ ਤਾਂ ਨਹੀਂ ਉਨਾ ਦੁੱਧ 'ਤੇ ਜਾਊਗੀ, ਅਤੇ ਆਪਾਂ ਫਿਰ ਉਹਦੇ ਹਿਸਾਬ ਦੇ ਨਾਲ ਕੈਲਕੂਲੇਸ਼ਨ ਕਰ ਲਾਂਗੇ ਗਰਮੀ ਵੀ, ਗਰਮੀ ਦੇ ਵਿੱਚ ਜੇ ਇਹਨੇ ਜਿੰਨਾ ਦੁੱਧ ਦਊਗੀ ਵੀ ਇੰਨੀ ਕਪੈਸਿਟੀ ਹੋਰ ਰੱਖਦੀ ਹੈ ਅੱਗੇ ਦੇਣ ਦੀ, ਕਿਉਂਕਿ ਗਰਮੀ ਦੇ ਵਿੱਚ ਆਪਾਂ ਨੂੰ ਪਤੀਆਂ ਦੁੱਧ ਗਾਵਾਂ ਘੱਟ ਦਿੰਦੀਆਂ ਨੇ। ਦੇਖੋ ਤੁਸੀਂ ਇਹਦਾ ਲੇਵਾ ਬਣਦਾ, ਦਿਖਾਈਏ ਆਪਾਂ ਤੁਹਾਨੂੰ। ਬਾਕੀ ਤੁਸੀਂ ਇਹਦੀ ਆਰਡਰ ਦੀ ਸ਼ੇਪ ਦੇਖੋ, ਬਿਲਕੁਲ ਪਰਫੈਕਟ ਬਣੀ ਹੋਈ ਹੈਗੀ। ਜੋ ਵੀ ਆਪਾਂ ਤੁਹਾਨੂੰ ਦਿਖਾਉਣਾ ਇਹਦੇ ਥਾਣਾ, ਕੋਈ ਸਵੈਲਿੰਗ ਨਹੀਂ ਹੈਗੀ, ਕੋਈ ਇਹਦੇ ਭਰਾਵੋ ਭਲਾ ਨਹੀਂ ਹੈਗੀਆਂ। ਇਹ ਜਿਹੜੀਆਂ ਭਲਾਂ ਆਉਂਦੀਆਂ ਨੇ ਜਾਂ ਸਵੈਲਿੰਗ ਆਉਂਦੀ ਆ, ਇਹ ਗਲਤ ਡਾਈਟ ਕਰਕੇ ਆਉਂਦੀ ਹੈਗੀ। ਜਦੋਂ ਆਪਾਂ ਡੀ ਕੈਟ ਪੋਜ਼ਿਟਿਵ ਕਰਵਾ ਦਿੰਦੇ ਹੈਗੇ, ਤਾਂ ਨਾਲ ਦੀ ਨਾਲ ਇਹ ਦਿੱਕਤ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ। ਅਤੇ ਇਹਦੀ ਜੇ ਆਪਾਂ ਡਾਈਟ ਦੀ ਗੱਲ ਕਰੀਏ ਭਰਾਵੋ, ਡਾਈਟ ਦੇਖੋ, ਇਹਨੂੰ ਟ੍ਰਾਂਜੈਕਸ਼ਨ ਪਲੱਸ 8ਵੇਂ ਮਹੀਨੇ 'ਚ ਆਪਾਂ ਨੇ ਸ਼ੁਰੂ ਕਰ ਲਈ ਸੀਗੀ 2-2.5 ਕਿਲੋ, ਅਤੇ ਹੁਣ ਭਰਾਵੋ ਇਹਦੀ ਚੱਲ ਰਹੀ ਹੈ 3.5 ਕਿਲੋ, ਅਤੇ ਹੁਣ ਆਪਾਂ ਇਹਦੀ ਵਧਾ ਦਾਂਗੇ 4.5 ਕਿਲੋ ਤੱਕ ਕਰਾਂਗੇ ਜੀ ਟ੍ਰਾਂਜੈਕਸ਼ਨ ਹੁਣ ਆਪਾਂ। ਅਤੇ ਇਸ ਤੋਂ ਬਿਨਾਂ ਇਹਨੂੰ ਆਪਾਂ ਕੁਛ ਨਹੀਂ ਦੇ ਰਹੇ ਹੈਗੇ, ਸੈਲ ਜਾਂ ਜਿਹੜਾ ਮਤਲਬ ਸੈਲ ਚੱਲ ਰਿਹਾ ਹੈਗਾ ਇਹਦਾ, ਅਤੇ 2.5-3 ਕਿਲੋ ਆਪਾਂ ਇਹਨੂੰ ਦਿਨ ਦੇ ਵਿੱਚ ਤੂੜੀ ਦੇ ਰਹੇ ਹਾਂਗੇ। ਬਾਕੀ ਹੋਰ ਕੋਈ ਇਹਨੂੰ ਪ੍ਰੋਡਕਟ ਨਹੀਂ ਦੇ ਰਹੇ ਹੈਗੇ, ਅਤੇ ਨਾ ਹੀ ਭਰਾਵੋ ਕੋਈ ਜ਼ਰੂਰਤ ਆ ਕਿ ਪ੍ਰੋਡਕਟ ਦੇਣ ਦੀ, ਕਿਉਂਕਿ ਜਿਹੜੇ ਬਾਈਟ ਮੈਚ ਵਗੈਰਾ ਜਾਂ ਕੁਛ ਵੀ ਲਗਾ ਲਓ, ਉਹ ਫਿਰ ਆਪਾਂ ਨੂੰ ਉਦੋਂ ਯੂਜ਼ ਕਰਨੇ ਪੈਂਦੇ ਨੇ ਜਦੋਂ ਆਪਣੀਆਂ ਗਾਵਾਂ ਮਿਲਕਿੰਗ 'ਤੇ ਚੱਲ ਪੈਂਦੀਆਂ ਨੇਗੀਆਂ, ਉਦੋਂ ਲੇਵੇ ਥੋੜ੍ਹੇ ਬਹੁਤ ਉੱਚੇ ਨੀਵੇਂ ਹੋ ਜਾਂਦੇ ਨੇਗੇ, ਕਿਸੇ ਥਾਂ ਦੇ ਵਿੱਚ ਦੁੱਧ ਘੱਟ ਵੱਧ ਜਾਂਦਾ ਗਾ, ਫਿਰ ਉਹ ਸਾਰੀਆਂ ਘਾਟਾਂ ਨੂੰ ਪੂਰਾ ਕਰ ਲਈ ਜੋ ਵੀ ਮੈਡੀਸਨ ਹੈਗੀ ਹੈਗੀ ਅੱਗੇ, ਅਤੇ ਉਦੋਂ ਆਪਾਂ ਨੂੰ ਜ਼ਰੂਰਤ ਪੈਂਦੀ ਦੇਣ ਦੀ, ਅਤੇ ਇਸ ਕਰਕੇ ਆਪਾਂ ਨੇ ਕੋਈ ਇਹਨੂੰ ਮੈਡੀਸਨ ਨਹੀਂ ਹੁਣ ਦਿੱਤੀ ਹੈਗੀ, ਅਤੇ ਆਪਣੀ ਟ੍ਰਾਂਜੈਕਸ਼ਨ ਆ ਜਿਹੜੀ ਫੀਡ ਉਹ ਚੱਲ ਰਹੀ ਹੈ ਸਿਰਫ, ਬਾਕੀ ਸੈਲ ਜ ਪੈ ਰਿਹਾ ਹੈਗਾ ਭਰਾਵੋ ਇਹਨੂੰ। ਅਤੇ ਬਾਕੀ ਵੀਰੋ, ਆਹ ਆਪਣੀਆਂ ਆ ਗਈਆਂ ਸਾਰੀਆਂ ਪ੍ਰੈਗਨੈਂਟ ਨੇ ਹੈਗੀਆਂ ਹੀਫਰਾਂ। ਇਸ ਤੋਂ ਬਾਅਦ ਆ ਜਿਹੜੀ ਬਰੂਟ ਦੀ ਹੈਗੀ, ਇਹ ਤੁਸੀਂ ਆਹ ਦੇਖ ਰਹੇ ਹੋਗੇ, ਇਹਦਾ ਸੂਆ ਪਊਗਾ, ਅਤੇ
ਇਹ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਤਿਆਰ ਹੋਊਗੀ। ਅਤੇ ਬਾਕੀ ਤੁਸੀਂ ਚੈੱਕ ਕਰੋ ਸਾਰਿਆਂ ਦੇ ਲੇਵੇ ਨੇ ਜਿਹੜੇ, ਮਤਲਬ ਲੇਵੇ ਇਹਨਾਂ ਨੇ ਪੱਟਣੇ ਸ਼ੁਰੂ ਕਰਤੇ ਆਪਣੇ ਸਾਰੀਆਂ ਹੀਫਰਾਂ ਨੇ, ਤੁਸੀਂ ਦੇਖ ਸਕਦੇ ਹੋਗੇ। ਬਾਕੀ ਵੀਰੋ ਫੋਗ ਦੇਖੋ ਸਾਰੇ ਫਾਰਮ 'ਚ। ਅਤੇ ਇਹਦਾ ਭਰਾਵੋ ਇਹ ਹੈਗੀ ਆਪਣੀ ਸੈਗ ਦੀ 4116 ਨੰਬਰ, ਅਤੇ ਜਿਹੜੇ ਇਹਦਾ ਸਿਮਨ ਲੱਗਿਆ ਹੋਇਆ ਹੈਗਾ ਰੋਡੀਓ ਦਾ ਸੈਕਟ ਸਿਮਨ ਲੱਗਿਆ ਹੋਇਆ ਇਹਦੇ। ਅਤੇ ਵੀਰੋ ਜਿਹੜੀ ਆਪਾਂ ਤੁਹਾਨੂੰ ਕਹਿ ਰਹੇ ਸੀ ਨਾ ਵੀ ਕੱਚੇ ਦੇ ਵਿੱਚ ਲਾਈਨ ਪਾਵਾਂਗੇ, ਅਤੇ ਆਹ ਤੁਸੀਂ ਦੇਖੋ ਆਪਣੇ ਕੱਚੀ ਜਗ੍ਹਾ ਦੇ ਵਿੱਚ ਵੀ ਨਾ ਫੋਗਰ ਲਾ ਤੇ, ਮੈਂ ਤੁਹਾਨੂੰ ਦਿਖਾਉਂਦੇ ਹੈਗੇ ਆਪਾਂ ਉਹੀ ਫੋਗਰ ਲਾਏ ਨੇ ਗੇ ਆਪਾਂ ਨੇ। ਆਹ ਤੁਸੀਂ ਦੇਖੋ ਉਰੇ ਤੱਕ ਆਪਣੇ ਇਹ ਕੱਚੀ ਲਾਈਨ ਦੇ ਵਿੱਚ ਫੋਗਰ ਲਾ ਤੇ। ਅਤੇ ਭਰਾਵੋ ਜਦੋਂ ਦੇ ਆਪਣੇ ਨਾ ਇਹ ਕੱਲ੍ਹ ਚਲਾਏ ਨੇਗੇ ਫੋਗਰ, ਤੁਸੀਂ ਲਾ ਲਓ ਵੀ ਕੱਲ੍ਹ ਕੱਚੀ ਜਗ੍ਹਾ 'ਚ ਫੋਗਰ ਲਗਾਏ ਨੇਗੇ, ਅਤੇ ਤੁਸੀਂ ਦੇਖ ਸਕਦੇ ਹੋ ਕਿ ਮੋਸਟਲੀ ਸਾਰੀਆਂ ਗਾਵਾਂ ਨਾ ਕੱਚੇ ਦੇ ਵਿੱਚ ਆ ਕੇ ਬੈਠਣ ਲੱਗ ਗਈਆਂ। ਮਤਲਬ ਇਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਵੀ ਕੱਚੀ ਜਗ੍ਹਾ ਮਿਲੇ ਬੈਠਣ ਨੂੰ, ਰਿਲੈਕਸ ਹੋਣ ਨੂੰ, ਅਤੇ ਉੱਤੇ ਮਤਲਬ ਜਿਹੜਾ ਹੈਗਾ ਗਾ ਜਿੱਦਾਂ ਦੇ ਫੋਗਰ ਲੱਗੇ ਹੋਏ ਨੇਗੇ ਹਵਾ ਜਿਹੜੀ ਠੰਡੀ ਆ ਰਹੀ ਹੈਗੀ, ਅਤੇ ਇਹਦੇ ਵਿੱਚ ਬਹਿ ਕੇ ਬਹੁਤ ਖੁਸ਼ ਨੇ ਇਹ ਪੱਕੀ ਜਗ੍ਹਾ ਦੀ ਬਜਾਏ। ਅਤੇ ਹੁਣ ਤੁਸੀਂ ਲਾ ਲਓ ਵੀ ਪੱਕੀ ਜਗ੍ਹਾ 'ਚ ਵੀ ਬੈਠੇ ਨੇਗੇ, ਪਰ ਆਪਾਂ ਤੁਹਾਨੂੰ ਦੁਬਾਰਾ ਦਿਖਾਉਂਦੇ ਹਾਂ ਕਿ ਮੋਸਟਲੀ ਜੇ ਤੁਸੀਂ ਦੇਖੋ ਨਾ ਗਾਵਾਂ ਆਪਣੀਆਂ ਸਾਰੀਆਂ ਕੱਚੀ ਜਗ੍ਹਾ 'ਚ ਬੈਠੀਆਂ ਨੇਗੀਆਂ। ਅਤੇ ਬਾਕੀ ਵੀਰੋ ਅੱਗੇ ਆਪਾਂ ਹੁਣ ਜਿਵੇਂ ਮੌਸਮ ਜ਼ਿਆਦਾ ਗਰਮੀ ਵਾਲਾ ਹਿਊਮਿਡਿਟੀ ਵਾਲਾ ਆਊਗਾ, ਤਾਂ ਉਹਦੇ ਅਕੋਰਡਿੰਗ ਆਪਾਂ ਇੱਕ ਲਾਈਨ ਹੋਰ ਦੇਖਾਂਗੇ ਉੱਧਰ ਪਾ ਦਾਂਗੇ। ਅਤੇ ਇਹ ਆਪਣਾ ਪਲੈਨ ਚੱਲ ਰਿਹਾ ਹੈਗਾ, ਅਤੇ ਇੱਧਰ ਕੋਸ਼ਿਸ਼ ਕਰਾਂਗੇ ਵੀ ਜਿੰਨਾ ਕੁ ਹੋ ਸਕੇ ਆਪਾਂ ਗ੍ਰੀਨ ਕੱਪੜਾ ਜਿਹੜਾ ਉਹ ਵੀ ਲਾਵਾਂਗੇ। ਅਤੇ ਆਹ ਭਰਾਵੋ ਤੁਸੀਂ ਦੇਖੋ ਚੱਲ ਪਏ ਫੋਗਰ। ਅਤੇ ਅੱਜ ਭਰਾਵੋ ਇੱਦਾਂ ਦਾ ਹੈਗਾ ਜਿੰਨਾ ਆਪਣਾ ਫਾਰਮ ਦਾ ਏਰੀਆ ਹੈਗਾ, ਕਿਤੇ ਵੀ ਇਹ ਨਹੀਂ ਹੈਗਾ ਵੀ ਗਰਮੀ ਮਹਿਸੂਸ ਹੋ ਰਹੀ ਹੈਗੀ। ਤੁਹਾਨੂੰ ਆਪਾਂ ਫਰੰਟ ਤੋਂ ਦਿਖਾਉਂਦੇ ਹਾਂ ਕਿ ਹਵਾ ਵਧੀਆ ਚੱਲ ਰਹੀ ਹੈਗੀ, ਅਤੇ ਹੋ ਤੱਕ ਜਾ ਰਹੀਆਂ ਨੇ ਗਾਵਾਂ। ਅਤੇ ਤੁਸੀਂ ਦੇਖੋ ਵੀ ਗਾਵਾਂ ਨੇ ਜਿਹੜੀਆਂ ਪੂਰੀਆਂ ਰਿਲੈਕਸ ਹੋ ਕੇ ਬੈਠੀਆਂ ਨੇ ਹੈਗੀਆਂ। ਆਹ ਦੇਖੋ ਇੱਧਰ ਇੱਥੇ ਤੱਕ ਭਰਾਵੋ ਐਨ ਮਤਲਬ ਵਧੀਆ ਫੋਗ ਆ ਰਹੀ ਹੈਗੀ, ਆਪਾਂ ਤੁਹਾਨੂੰ ਇੱਕ ਵਾਰੀ ਇੱਧਰੋਂ ਦਿਖਾਉਂਦੇ ਹਾਂਗੇ। ਅਤੇ ਤੁਸੀਂ ਲਾ ਲਓ ਵੀਰੋ ਕੱਚੀ ਜਗ੍ਹਾ 'ਚ ਨਾ ਪੂਰਾ ਮੌਸਮ ਐਨ ਜਿਹੜਾ ਠੰਡਾ ਕਰ ਰੱਖਿਆ ਹੈਗਾ, ਪੂਰੀ ਉੜ ਉੜ ਕੇ ਐਂ ਆ ਰਹੀ ਹੈਗੀ, ਜਾਣੀ ਕਿ ਠੰਡੀ ਹਵਾ ਆ ਰਹੀ ਹੈਗੀ ਪੂਰੀ। ਅਤੇ ਬਾਕੀ ਵੀਰੋ ਇੱਧਰ ਚੱਲ ਰਹੇ ਨੇਗੇ ਦੇਖੋ ਆਪਣੀ, ਇੱਧਰ ਬੈਠੇ ਨੇ ਸਿਰਫ 4 ਕੁ ਗਾਵਾਂ ਬੈਠੇ ਨੇ ਭਰਾ। ਹੀਫਰਾਂ ਨੇਗੀਆਂ ਉਹਦੀ ਜਿਹੜੀ ਡਾਇਟ ਹੈਗੀ ਆਪਾਂ ਆਪਦੀ ਹੋਮਮੇਡ ਫੀਡ ਬਣਵਾਵਾਂਗੇ ਥੋੜ੍ਹੀ ਜਿਹੀ। ਉਹਦਾ ਜਿਹੜਾ ਕਾਰਨ ਹੈਗਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿਉਂ ਬਣਵਾਊਂਗਾ, ਅਤੇ ਉਹਦੇ ਕੀ ਬੈਨੀਫਿਟ ਨੇਗੇ ਉਹ ਵੀ ਦੱਸੂਗਾ। ਡੈਰੀ ਪ੍ਰੋਟੀਨ ਵੀ ਪਾਵਾਂਗੇ ਆਪਾਂ, ਸੈਲਜ ਵੀ ਦੇਵਾਂਗੇ, ਅਤੇ ਥੋੜ੍ਹਾ ਜਿਹਾ ਆਪਾਂ ਨਾ ਤੂੜੀ ਦੇ ਨਾਲ ਜਿਹੜੀ ਹੋਮਮੇਡ ਫੀਡ ਹੈਗੀ ਉਹ ਬਣਵਾਵਾਂਗੇ। ਉਹਦੇ ਵਿੱਚ ਕੀ ਸਮਾਨ ਪਵਾਵਾਂਗੇ ਉਹ ਆਪਾਂ ਹੁਣ ਜਲਦੀ ਇਹ ਜਿਹੜੀ ਵੀਡੀਓ ਹੈਗੀ ਬਣਾਵਾਂਗੇ ਉਹਦੇ ਉੱਤੇ, ਅਤੇ ਉਹਦੇ ਕੀ ਫਾਇਦੇ ਨੇਗੇ, ਕੀ ਬੈਨੀਫਿਟ ਹੈਗਾ, ਅਤੇ ਕਿੰਨੀ ਵਧੀਆ ਗਰੋਥ ਹੋਊਗੀ ਉਹ ਵੀ ਆਪਾਂ ਤੁਹਾਨੂੰ ਸਾਰਾ ਸਮਝਾਵਾਂਗੇ। ਦੇਖੋ ਤੁਸੀਂ ਸਾਰੀਆਂ ਕੱਚੀ ਜਗ੍ਹਾ 'ਚ ਬੈਠੀਆਂ ਨੇ, ਅਤੇ ਦੁੱਧ ਵੀ ਪਲੱਸ ਹੋਇਆ ਗਾ, ਅਤੇ ਵਧੀਆ ਸਾਰੀ ਆਰਾਮ ਨਾਲ ਜਗਾਲੀ ਕਰ ਰਹੀਆਂ ਨੇ ਹੈਗੀਆਂ ਬੈਠੀਆਂ। ਅਤੇ ਇਹਨਾਂ ਨੂੰ ਤਾਂ ਇੱਦਾਂ ਦਾ ਮੌਸਮ ਚਾਹੀਦਾ ਹੈਗਾ ਵਧੀਆ। ਅਤੇ ਬਾਕੀ ਮੈਂ ਵੀਰਾਂ ਨੂੰ ਕਹੂੰਗਾ ਵੀ ਟਾਈਮਰ ਜ਼ਰੂਰ ਲਵਾਓ ਆਪਦਾ ਤੁਸੀਂ, ਕਿਉਂ ਇਹਦੇ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈਗੀ, ਅਤੇ ਨੰਬਰ 2 'ਤੇ ਭਰਾਵੋ ਲਗਾਤਾਰ ਪਾਣੀ ਚੱਲਣ ਦੇ ਨਾਲ ਐਨੀਮਲ ਉੱਥੇ ਬਹਿੰਦਾ ਨਹੀਂ ਹੈਗਾ, ਫਿਰ ਉੱਠ ਕੇ ਉਹ ਦੂਸਰੀ ਜਗ੍ਹਾ 'ਤੇ ਜਾਂਦਾ ਹੈਗਾ, ਜਾਂ ਉਹ ਜਾਊਗਾ ਧੁੱਪ ਦੇ ਵਿੱਚ, ਫਿਰ ਉਹਦੇ ਨਾਲ ਕੀ ਹੁੰਦਾ ਹੈਗਾ ਗਰਮ ਸਰਦ ਹੋਣ ਦਾ ਡਰ ਰਹਿੰਦਾ ਹੈਗਾ, ਬਿਮਾਰ ਹੋਣ ਦਾ ਡਰ ਰਹਿੰਦਾ ਹੈਗਾ। ਮੋਟਰ ਆ ਜਿਹੜੀ ਆਪਣੇ ਇਹ ਵੀ ਨਵੀਂ ਲੈ ਕੇ ਆਉਣੀ ਹੈਗੀ, ਹੁਣ ਇਹ ਵੀ ਰੱਖਾਂਗੇ ਆਪਾਂ, ਅਤੇ ਪਰ ਆਪਾਂ ਹੁਣ ਨਵੀਂ ਲੈ ਕੇ ਆਵਾਂਗੇ ਮੋਟਰ ਝਵਾਈ ਵਾਸਤੇ, ਉਹ ਵੀ ਆਪਾਂ ਲਗਵਾਵਾਂਗੇ ਜਲਦੀ। ਅਤੇ ਵੀਰੋ ਹੁਣ ਆਪਾਂ ਕਰ ਰਹੇ ਹਾਂਗੇ ਫੀਡਿੰਗ, ਉਹ ਵੀ ਤੁਹਾਨੂੰ ਦਿਖਾਈਏ ਮਿਨਰਲ ਮਿਕਸਚਰ ਵਗੈਰਾ ਫੀਡ ਵਗੈਰਾ ਕਿਵੇਂ ਆਪਾਂ ਪਾਉਣੇ ਹੈਗੇ ਹੀਫਰਾਂ ਨੂੰ, ਅਤੇ ਜਿਹੜੀ ਆਪਣੀ 4116 ਨੰਬਰ ਹੈਗੀ ਉਹਨੂੰ ਸਾਰਾ ਦਿਖਾਉਣੇ ਹੈਗੇ। ਇਹ ਹੈਗੀ ਆਪਣੀ ਡੈਰੀ ਪ੍ਰੋਟੀਨ, ਇਹ ਸਨੋਮੈਨ ਦੀ ਜਿਹੜੀ ਹੀਫਰ ਹੈਗੀ ਆਪਾਂ ਉਹਨੂੰ ਆਪਾਂ ਡੈਰੀ ਪ੍ਰੋਟੀਨ ਦੇਵਾਂਗੇ, ਕਿਉਂਕਿ ਥੋੜ੍ਹੀ ਜਿਹੀ ਗਰੋਥ ਹੈ ਜਿਹੜੀ ਆਪਾਂ ਨੂੰ ਹੋਰ ਚਾਹੀਦੀ ਆ ਲੋੜ ਹੈਗੀ।
ਤੇ ਆਪਦੇ ਲੋਕ ਚ ਪੈ ਗਈ ਭਰਾਵੋ ਮਤਲਬ ਡੈਰੀ ਪ੍ਰੋਟੀਨ। ਤੇ ਹੁਣ ਆਪਾਂ ਲੈ ਕੇ ਜਾਵਾਂਗੇ ਟ੍ਰਾਂਜੈਕਸ਼ਨ ਜਿਹੜੀ 4116 ਨੰਬਰ ਹੈਗੀ। ਤੁਸੀਂ ਦੇਖ ਸਕਦੇ ਹੋਗੇ 2 ਕਿਲੋ ਤੋਂ ਜ਼ਿਆਦਾ ਹੈਗੀ ਇਹ। ਪਹਿਲਾਂ ਆਪਾਂ 1.5 ਕਿਲੋ ਪਾ ਰਹੇ ਸੀਗੇ ਇੱਕ ਟਾਈਮ, ਹੁਣ ਆਪਾਂ 2 ਕਿਲੋ ਤੋਂ ਪਲੱਸ ਕਰਤੀ ਇੱਕ ਟਾਈਮ ਇਹਦੀ। ਤੇ ਇਹ ਲੱਗੂਗੀ ਆਪਣੀ ਉਰੇ ਲਾਸਟ ਦੇ ਵਿੱਚ ਇੱਥੇ ਭਰਾਵੋ। ਅਤੇ ਆਹ ਹੀਫਰਾਂ ਨੂੰ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ ਵੀ ਆਪਾਂ ਇਹਨਾਂ ਨੂੰ ਕਿਹੜੀ ਫੀਡ ਪਾ ਰਹੇ ਹਾਂਗੇ। ਇਹਨਾਂ ਨੂੰ 2 ਕਿਲੋ ਪਾ ਰਹੇ ਹਾਂਗੇ ਆਪਾਂ ਹੀਫਰ ਡਰਾਈ। ਸ਼ੰਭੂ ਆ ਇਹਦੇ ਵਿੱਚ ਹੀ ਪਾ ਦੇ, ਆਹ ਹੈ ਨਾ ਇਹ 'ਚ ਥੋੜ੍ਹੀ ਜਿਹੀ ਹੈਗੀ ਫੀਡ, ਨਾ ਇਹ 'ਚ ਹੀ ਪਾ। ਲਿਆ ਬੱਠਣ ਲਿਆ ਉਹ ਭਰਾਵੋ ਹੈਗੀਆਂ ਨੇ ਆਪਣੀਆਂ 8 ਹੀਫਰਾਂ, 8 ਨੂੰ ਪਾਵਾਂਗੇ ਆਪਾਂ 2 ਕਿਲੋ। ਇਹ ਹੋ ਗਈ 2 ਕਿਲੋ, ਕਿਉਂਕਿ 2 ਕਿਲੋ ਦੀ ਵੱਟ ਲਈ ਇਹ ਹੋ ਗਈ 4, 6 ਤੇ ਭਰਾਵੋ 8। ਲੈ ਜੀ ਚੱਕ ਲਾ ਕਰਾਂ, ਚੱਲ ਫਿਰ ਭਲੀਏ ਪਾਈਏ ਫਿਰ ਆਪਾਂ ਉੱਧਰ। ਇਹ ਆ ਜਾਓ ਵੀਰੋ, ਅੱਜ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਫੀਡਿੰਗ ਹੀਫਰਾਂ ਨੂੰ, ਸਾਰਿਆਂ ਨੂੰ ਕਿਵੇਂ ਪਾ ਰਹੇ ਹਾਂਗੇ ਆਪਾਂ। ਇਹ 2 ਕਿਲੋ ਹੋ ਗਏ ਵੀਰੋ, 2 ਕਿਲੋ ਹੁਣ ਆਪਾਂ ਇਹ ਅੱਧੀ ਕੁਰੇ ਪਾ ਦਾਂਗੇ, ਅੱਧੀ ਕਿੱਥੇ ਵੀਰੋ ਇੱਥੇ ਸੰਭੂ ਪੱਠਣ ਚੱਕ ਉੱਪਰ ਲਓ ਵੀਰੋ। ਤੇ ਇੱਥੇ ਉਰੇ ਉਰੇ ਲਿਆ ਪਾ ਦੇ ਕੋਈ ਨਾ ਪਾ ਦੇ। ਲੈ ਵੀ ਆਹ ਲੈ ਉਧਰ ਹੀ। ਤੇ ਭਰਾਵੋ ਆਹ ਦੇਖੋ, ਆਹਦਾ ਆਪਣੀ ਆ ਗਈ ਟ੍ਰਾਂਜੈਕਸ਼ਨ 4116 ਨੰਬਰ ਦੀ, ਤੇ ਆਹ ਹੀਫਰਾਂ ਦੀ ਆਪਣੀ ਆ ਗਈ ਸਾਰੀ ਫੀਡ। ਤੇ ਇੱਧਰ ਆ ਗਈ ਆਪਣੀ ਜਿਹੜਾ ਆਪਣਾ ਸਨੋਮੈਨ ਦਾ ਬੱਚਾ ਹੈਗਾ ਉਹਨੂੰ ਦੇ ਰਹੇਗੇ ਆਪਾਂ ਆਹ ਜਿਹੜਾ ਡੈਰੀ ਪ੍ਰੋਟੀਨ ਆ। ਤੇ ਇੱਧਰ ਵੀਰੋ ਆਪਣੇ ਨਾ 8000 ਤੇ 10000 ਜਿਹੜੀ ਫੀਡ ਹੈਗੀ ਉਹ ਪਾਤੀ, ਉਹ ਬੰਦਿਆਂ ਨੇ ਮਿਕਸ ਕਰਤੀ ਚੰਗੀ ਤਰ੍ਹਾਂ। ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਮਿੰਦਰ ਮਿਕਸਚਰ। ਤੇ ਵੀਰੋ ਹੁਣ ਆਪਾਂ ਦੁਪਹਿਰ ਦੇ ਸਮੇਂ ਜਿਹੜਾ ਮਿੰਦਰ ਮਿਕਸਚਰ ਆ ਗਿਆ ਦੁਪਹਿਰ ਦੇ ਸਮੇਂ ਪਾਉਣੇ ਹੈਗੇ। ਤੇ ਆਹ ਪਹਿਲੀ ਵਾਰ ਲਿਆਉਣਾ ਸੀ ਮੈਂ ਬੈਸਟ ਐਮਨ ਗੋਲਡ, ਤੇ ਇਹ ਆਪਾਂ ਉਹਨਾਂ ਨੂੰ ਪਾਵਾਂਗੇ ਜਿਹੜੀਆਂ ਆਪਣੀਆਂ 4-5 ਮਹੀਨੇ ਦੀਆਂ ਗਾਵਾਂ ਪ੍ਰੈਗਨੈਂਟ ਨੇਗੀਆਂ ਜਾਂ ਮਤਲਬ ਡਰਾਈ ਵੱਲ ਜਾ ਰਹੀਆਂ ਨੇਗੀਆਂ। ਅਤੇ ਬਾਕੀ ਜਿਹੜੀਆਂ ਭਰਾ ਉਹ ਫਰੈਸ਼ ਗਾਵਾਂ ਨੇਗੀਆਂ, ਅਤੇ ਮਤਲਬ ਵਧੀਆ ਫਰੈਸ਼ ਦਾ ਮਤਲਬ ਇਹ ਨਹੀਂ ਹੈਗਾ ਫਰੈਸ਼ ਤਾਂ ਚਲੋ 1-2 ਨੇਗੀਆਂ, ਬਾਕੀ ਜਿਹੜੀਆਂ 2-2 ਮਹੀਨੇ ਦੀਆਂ ਪ੍ਰੈਗਨੈਂਟ ਨੇਗੀਆਂ ਦਾ ਜਿਨ੍ਹਾਂ ਦਾ ਦੁੱਧ ਜ਼ਿਆਦਾ ਹੈਗਾ ਉਹਨਾਂ ਨੂੰ ਆਪਾਂ ਇਹ ਪਾਵਾਂਗੇ CRS ਦਾ। CRS ਦਾ ਭਰਾ ਉਹ ਇੱਦਾਂ ਦਾ ਹੈਗਾ। ਚਲੋ ਵੀ ਕਰ ਦਿਓ ਸ਼ੁਰੂ ਕੰਮ। ਕੱਪ ਕਿੱਥੇ ਹੈਗਾ ਸੰਭੂ? ਵਿੱਚ ਹੀ ਪਤਾ। ਬਾਕੀ ਵੀਰੋ ਦਿਖਾਉਣਾ ਤੁਹਾਨੂੰ ਆਪਾਂ ਅਸੀਂ ਇਹਦਾ ਇੱਦਾਂ ਦੀ ਕੁਆਲਿਟੀ ਹੈਗੀ ਇਹਦੀ, ਇਹ ਆਪਾਂ ਉਰੋਂ ਸ਼ੁਰੂ ਕਰ ਲਾਂਗੇ। ਦੇਖੋ ਵੀਰੋ ਇਹ ਤੁਹਾਨੂੰ ਕੁਆਲਿਟੀ ਦਿਖਾਈ ਹੈ, ਬੈਸਟ ਹੈ ਮੈਨੂੰ ਗੋਲਡ ਆ, ਬੈਸਟ ਹੈ ਮੈਨੂੰ ਗੋਲਡ। ਵੀਰੋ ਬੰਦਿਆਂ ਨੇ ਪਾਤਾ ਆਪਣਾ CRS, ਤੁਸੀਂ ਦੇਖੋ ਆਪਾਂ ਤੁਹਾਨੂੰ ਦਿਖਾ ਦਈਏ। ਅਤੇ ਇੱਦਾਂ ਬਸ ਆਪਾਂ ਨਾ ਹੱਥ ਜਿਹਾ ਮਾਰ ਦਿੰਦੇ ਹਾਂਗੇ, ਮੈਂ ਤੁਸੀਂ ਦੇਖ ਸਕਦੇ ਹੋਗੇ ਬੰਦਾ ਬਸ ਇਹਦੇ ਉੱਤੇ ਅੱਖਾਂ ਦੇ ਉੱਪਰ ਐਵੇਂ ਮਿਲਿਆ ਦੇਗਾ ਬਸ। ਜਦੋਂ ਨੂੰ ਆਪਣੇ ਚਵਾਈ ਕਰਨੀ ਆ ਖੁਰਲੀ ਸਾਰੀ ਸਾਫ਼ ਕਰ ਦੇਣਗੇ ਇਹ, ਉਨੇ ਕੀ ਕੱਖ ਪਾਏ ਨੇ
ਵੀ ਜਿਹੜੀ ਆਪਾਂ ਇਹ ਮਿਨਰ ਪਾ ਰਹੇ ਹਾਂਗੇ ਜੋ ਫੀਡ ਪਾਈ ਹੈਗੀ ਵੀ ਸਾਰੀ ਇਹ ਆਪਦਾ ਖਾ ਜਾਣ, ਫਿਰ ਆਪਾਂ ਉਸ ਤੋਂ ਬਾਅਦ ਸ਼ਾਮ ਨੂੰ ਖੁਰਲੀ ਭਰ ਦਾਂਗੇ ਵੀ ਜਿਹਦੀ ਰਿਕੁਆਇਰਮੈਂਟ ਹੋਊਗੀ ਹਿਸਾਬ ਦੇ ਨਾਲ ਆਪਣਾ ਰਾਤ ਨੂੰ ਜਦੋਂ ਮਰਜ਼ੀ ਆਪਦਾ ਖਾਈ ਜਾਣ। ਬਾਕੀ ਭਰਾ ਉਹ ਗਾਵਾਂ ਕਰ ਰਹੀਆਂ ਨੇ ਵੇਟ ਵੀ ਕਦੋਂ ਸਾਡਾ ਇਹ ਹੈਗਾ ਗਾ ਜਿਹੜਾ ਫਾਟਕ ਲੱਗਿਆ ਖੋਲ੍ਹਣਾ ਅਤੇ ਅਸੀਂ ਆਈਏ ਖਾਣ ਵਾਸਤੇ। ਕੀ ਭਰਾ ਉਹ ਜਿੰਨੀਆਂ ਗਾਵਾਂ ਨੇ ਗੀਆਂ ਉਹਨਾਂ ਨੂੰ ਸਭ ਨੂੰ ਪਤਾ ਵੀ ਸੀ ਕਿੱਥੇ ਆ ਕੇ ਲੱਗਣਾ ਗਾ, ਆਟੋਮੈਟਿਕ ਹੀ ਆਉਣਗੀਆਂ ਉਹ ਆਪਦੀ ਜਗ੍ਹਾ 'ਤੇ। ਫੀਡ ਵੀ ਤੁਹਾਨੂੰ ਦਿਖਾਈਏ ਭਰਾ ਉਹ ਆਪਣੇ ਜਿੱਦਾਂ ਕਿਹਾ ਸੀਗਾ ਵੀ ਔਡਰ ਪਾਇਆ ਹੋਇਆ ਗਾ ਅਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ 10,000 ਮੰਗਵਾਈ ਹੈਗੀ ਫੀਡ ਅਤੇ ਨਾਲ ਭਰਾ ਉਹ ਆਪਣੇ ਆਹ ਡਰਾਈ ਹਿਫਰ ਡਰਾਈ ਮੰਗਾਈ ਹੈਗੀ 10-12 ਬੈਗ ਇਹਦੇ ਮੰਗਾਏ ਨੇਗੇ ਅਤੇ ਆਹ ਲਾਈਨ ਸਾਰੀ ਵੀਰੋ ਡੈਰੀ ਪ੍ਰੋਟੀਨ ਦੀ ਮੰਗਾਈ ਹੈਗੀ ਅਤੇ ਆਹ ਟ੍ਰਾਂਜੈਕਸ਼ਨ ਜਿਹੜੀ ਹੈਗੀ ਆਪਣੀ ਪਲੱਸ ਪਈ ਹੈਗੀ ਅਤੇ 2 ਬੈਗ ਆਪਣੇ ਗਰੋਵਰ ਦੇ ਮੰਗਾਏ ਨੇਗੇ। ਤੁਸੀਂ ਦੇਖ ਸਕਦੇ ਹੋ ਇਹ ਹੈਗੀ ਆ ਕਾਫ ਗਰੋਵਰ ਅਤੇ ਆਹ ਭਰਾ ਉਹ ਮਿੱਠਾ ਸੋਡਾ ਰੂਮੀ ਗੋਣ ਪਿਆ ਗਾ ਇੱਧਰ ਮਿਨਰ ਰੱਖ ਦਿੰਦੇ ਹੈਗੇ ਆਪਾਂ ਅਤੇ ਇਸ ਵਾਰ ਆਪਾਂ 8,000 ਨੇ ਮੰਗਾਈ ਹੈਗੀ ਅਤੇ ਆਹ ਦੇਖੋ ਤੁਸੀਂ ਸਾਰੀ 10,000 ਦੀ ਮੰਗਵਾਈ ਆਪਾਂ ਨੇ ਇਸ ਵਾਰ ਇਹ ਅਤੇ ਬੰਦੇ ਤਿਆਰ ਹੋ ਗਏ ਹੁਣ ਭਰਾ ਉਹ ਲਾਈਏ ਫਿਰ ਕੰਮ। ਚਲੋ ਵੀ ਚੱਕ ਦਿਓ ਫਾਟਕ ਇੱਧਰ ਆ ਜਾ ਇੱਧਰ ਅਤੇ ਆਹ ਭਰਾ ਉਹ ਆ ਗਏ ਆਪਣੀ ਸਨੋਮੈਨ ਦੀ ਇੱਧਰ ਇਹਨੂੰ ਆਪਾਂ ਰਲਾ ਲਾ। ਬਾਕੀ ਵੀਰੋ ਫੋਕਰ ਵੀ ਚਲਾ ਤੇ ਚੱਲ ਰਹੇ ਨੇਗੇ ਫੋਕਰ ਅਤੇ ਬਾਕੀ ਭਰਾ ਹੁਣ ਗਾਵਾਂ ਲਾਉਣੇ ਆਗੇ ਦੇਖਿਓ ਤੁਸੀਂ ਆਹ ਦੇਖਿਓ ਆਪਣੇ ਆਪ ਖੋਲੂਗੀ ਇਹ ਇੱਕ ਮਿੰਟ ਸ਼ੰਭੂ ਦਿਖਾਉਣੇ ਆਗੇ ਆਪਾਂ ਆਹ ਦੇਖੋ ਭਰਾ ਆਹ ਦੇਖੋ ਆਪਣੇ ਆਪ ਹੀ ਲੋਕ ਲੱਗ ਗਿਆ ਆਹ ਵੀ ਦੇਖੋ ਇਹਨੇ ਆਪਣੇ ਕਈ ਗਾਵਾਂ ਇਹੋ ਜਿਹੀਆਂ ਨੇਗੀਆਂ ਉਹ ਨਹੀਂ ਵੇਟ ਕਰਦੀਆਂ ਹੈਗੀਆਂ ਆਪ ਤਾਂ ਕਹਿੰਦੇ ਨੇ ਅਸੀਂ ਆਪ ਹੀ ਖੋਲ ਲਾਂਗੇ ਅਤੇ ਆ ਜਾਓ ਆਪਾਂ ਇੱਧਰ ਹੀਫਰਾਂ ਲਾਈਏ ਆ ਗਈਆਂ ਤਕਰੀਬਨ ਆਪੋ ਆਪਦੇ ਏਰੀਏ 'ਚ ਐਂ ਮੌਜ ਆ ਭਰਾਵੋ ਇਹਨਾਂ ਦੀ ਇਹਨਾਂ ਨੂੰ ਸਭ ਪਤਾ ਹੈਗਾ ਵੀ ਸਾਡੀ ਫੀਡ ਕਿੱਥੇ ਪਾਈ ਹੋਈ ਹੈ ਅਤੇ ਤੁਸੀਂ ਦੇਖੋ ਵੀਰੋ ਫਾਸਟ ਸਾਰੀਆਂ ਆਉਣਗੀਆਂ ਆਹ ਆ ਗਈ ਆਪਣੀ 116 ਨੰਬਰ ਇਹਨੂੰ ਪਤਾ ਵੀ ਮੇਰੀ ਜਿਹੜੀ ਟ੍ਰਾਂਜੈਕਸ਼ਨ ਆ ਗਈ ਉਰੇ ਆ ਗਈ ਦੇਖੋ ਇਹ ਆਪ ਹੀ ਉਰੇ ਆਈ ਆ ਇੱਕ ਰਹਿ ਗਈ ਇੱਧਰ ਆ ਜਾ ਵੀਰੇ ਆ ਜਾ 7 ਨੰਬਰ ਇਹ ਕਰ ਲਈ ਜਗ੍ਹਾ ਇਹਨੇ ਵੀ ਵੀਰੋ ਅਤੇ ਆਹ ਆਪਣੇ ਸਾਰੀਆਂ ਲਾ ਦੀਆਂ ਹੀਫਰਾਂ ਅਤੇ ਹੁਣ ਆਪਾਂ ਚੱਲੀਏ ਇੱਧਰ ਮਿਲਕਿੰਗ ਏਰੀਏ ਦੇ ਵਿੱਚ ਮਿਲਕਿੰਗ ਏਰੀਏ ਦੇ ਵਿੱਚ ਭਰਾ ਉਹ ਇੱਥੇ ਲਗਾ ਦਿੰਦੇ ਆਪਾਂ ਇਹ ਆਹ ਉਰੇ ਥੋੜ੍ਹੀ ਜਿਹੀ ਅਦਲ ਬਦਲ ਕੀਤੀ ਹੋਈ ਆਪਾਂ ਨੇ ਇੱਥੇ ਥੋੜ੍ਹਾ ਜਿਹਾ ਟਾਈਮ ਲੱਗਦਾ ਹੈਗਾ ਜ਼ਰੂਰ ਗਾਵਾਂ ਨੇ ਜਿਹੜੀਆਂ ਆਪਣੇ ਲਗਾਤੀਆਂ ਸਾਰੀਆਂ ਲੋਕ ਦੇ ਵਿੱਚ ਅਤੇ ਵੀਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਅਤੇ ਜਿਹੜੇ ਵੀਰ ਨਾਲ ਜੁੜਦੇ ਨੇਗੇ ਅਤੇ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਅਤੇ ਭਰਾਵੋ ਮਿਲਾਂਗੇ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਕੋਈ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।